ਜਿਵੇਂ ਜਿਵੇਂ ਸੂਬੇ 'ਚ ਬਦਮਾਸ਼ਾਂ ਵੱਲੋਂ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਨਵੇਂ ਨਵੇਂ ਤਰੀਕੇ ਅਪਣਾਏ ਜਾਂਦੇ ਨੇ, ਉਸੇ ਤਰ੍ਹਾਂ ਪੁਲਿਸ ਵੀ ਇਹਨਾਂ ਅਪਰਾਧੀਆਂ ਨੂੰ ਫੜਨ ਲਈ ਨਵੀਆਂ ਯੋਜਨਾਵਾਂ ਘੜ ਰਹੀ ਹੈ। ਅਤੇ ਹੁਣ ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਤੰਗ ਗਲੀਆਂ 'ਚ ਚੋਰਾਂ ਬਦਮਾਸ਼ਾਂ ਨੂੰ ਫੜਨ ਲਈ ਇੱਕ ਵੱਖਰੇ ਤਰੀਕੇ ਦੀ ਖੋਜ ਕੀਤੀ ਹੈ। ਅਸਲ ਵਿੱਚ ਜ਼ਿਲ੍ਹਾ ਪੁਲਿਸ ਨੇ ਆਪਣੇ ਮੁਲਾਜ਼ਮਾਂ ਨੂੰ ਗਸ਼ਤ ਕਰਨ ਲਈ ਈ ਸਾਈਕਲ ਵੰਡੇ ਨੇ, ਤਾਂ ਜੋ ਸ਼ਹਿਰ 'ਚ ਵੱਧ ਰਹੀਆਂ ਅਪਰਾਧੀ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋ ਸਕੇ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਸਾਈਕਲ ਨਾਲ ਮੁਲਾਜ਼ਮ ਅਜਿਹੇ ਇਲਾਕਿਆਂ ਵਿੱਚ ਵੀ ਪਹੁੰਚ ਸਕਣਗੇ ਜਿੱਥੇ ਹੋਰ ਕੋਈ ਸਾਧਨ ਨਹੀਂ ਜਾਂਦਾ। ਈ ਬਾਈਕ ਕੇ ਦੋ ਹਮੇ ਮੇਨ ਫਾਇਦੇ ਹੈ, ਇੱਕ ਤੋਂ ਇਸਮੇ ਪੈਟਰੋਲ ਕੀ ਬਿਲਕੁਲ ਖਪਤ ਨਹੀਂ ਹੋਗੀ, ਯੇ ਬੈਟਰੀ ਸੇ ਚਾਰਜ ਹੋਗਾ, ਉਸੀ ਸੇ ਚਲੇਗਾ। ਸੈਕਿੰਡ ਹੈ ਇਸਕੀ ਜੋ ਮੈਕਸਿਮਮ ਸਪੀਡ ਹੈ, ਜੋ ਬਾਜ਼ਾਰ ਕੇ ਇੰਟੀਰੀਅਰ ਮੇ ਹਮੇ ਜਹਾਂ ਪੇ ਲਾਂਚ ਕਰਨਾ 25 ਕਿਲੋਮੀਟਰਸ ਕੀ ਸਪੀਡ ਹੈ, ਔਰ ਉਸ ਏਰੀਆ ਮੇ ਜਾ ਕੇ ਜਹਾਂ ਪੇ ਕੋਈ ਔਰ ਵਹੀਕਲ ਨਹੀਂ ਜਾ ਸਕਤਾ, ਨਾ ਈਵਨ ਮੋਟਰਸਾਈਕਲ ਲੈ ਕੇ ਜਾਣਾ ਵੀ ਟਫ ਹੈ, ਵਹਾਂ ਪੇ ਲੈ ਜਾ ਸਕਤੇ ਹੈ। ਦੂਸਰਾ ਯੇ ਇਨਵਾਇਰਮੈਂਟ ਫ੍ਰੈਂਡਲੀ ਹੈ, ਇਸਮੇ ਕੋਈ ਬਿਲਕੁਲ ਇਟਸ ਟੋਟਲੀ ਪੋਲਿਊਸ਼ਨ ਫ੍ਰੀ, ਕੋਈ ਪੋਲਿਊਸ਼ਨ ਇਸਕਾ ਨਹੀਂ ਹੋਗਾ। ਔਰ ਬਾਕੀ ਤੋ ਅਭੀ ਐਕਸਪੈਰੀਮੈਂਟ ਕਰੇਂਗੇ 15 ਦਿਨ ਮੇ, ਉਸਸੇ ਔਰ ਪਤਾ ਚਲੇਗਾ ਇਸਕੇ। ਜੋ ਪੁਲਿਸ 'ਚ ਰਿਲੇਟਡ ਹੈ, ਜਬ ਇਸਕੋ ਆਪ ਦੇਖੋਗੇ ਤੋ ਇਹ ਪੂਰੀ ਤਰ੍ਹਾਂ ਸੇ ਪੁਲਿਸ ਬਾਈਕ ਲਗਤਾ ਹੈ, ਉਸੀ ਤਰੀਕੇ ਸੇ ਹਮਨੇ ਇਸਕੋ ਡਿਜ਼ਾਈਨ ਕਰਵਾਇਆ ਹੈ। ਪਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਚੁੱਕਿਆ ਗਿਆ ਇਹ ਕਦਮ ਕਿੰਨਾ ਕੁ ਸਫਲ ਹੁੰਦਾ ਹੈ, ਅਤੇ ਪੁਲਿਸ ਇਹਨਾਂ ਸਾਈਕਲਾਂ ਉੱਤੇ ਕਿੰਨੇ ਕੁ ਅਪਰਾਧੀਆਂ ਨੂੰ ਫੜ ਕੇ ਜੇਲ੍ਹ 'ਚ ਡੱਕਦੀ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।